आगे वाले बाते आओ बाते ना इस तो अगला मैच मानो के गेल दी निदा वाला उस तो बाद गजन वाला ये के चाक पाई का ते उस तो बाद तारी वाला ते साधु बड़ा टीम जीडिया अपने मैच के मुताबिक जिवे जिवे बाजा देवांगे ओवे ओवे टीम जीडिया ग्रांड भोजन साडे प्रबंधक मिला दिया बड़िया जिम्मेवारियां मेरे वीर साडे एना भी भरावां दी वड्डी देन साडे दानी भरावां दी वड्डी देन बड़ा हवाला कबड्डी नु इना भरावां दा आ सामने गबरू बढ़ के कबड्डी कबड्डी करदा होया आलमानिया शेरू ते बजी मोटिया पट्टा तो खिंच ते ताड़ियां मारो दर्शक वीरियो मार दे ताड़ियां खेड खेड विचों बड़ी जिनू आंख दे कबड्डी खेडी जांदी ए लागे जे कबड्डी पकड़ा पंजाबीयां दी शान मित्रो पंजाबीयां दी मार्केट कबड्डी दी गल आ ते दस्सी गले वी केड़ी टीम जित गई आ कबर बच्चे दी टीम जेतू इस मैच दे विचों नोट कर ले जी कबर बच्चा जित चुकी इस मैच दे विचों आओ कल गल ते बजू के सॉरी ਬੰਦੇ ਨਾ ਬਾਲ ਤੇ ਮਾਰ ਕੇ ਖੇਲ ਮਾਰੇ ਖੇਲ ਤੇ ਨਿਹਦਾ ਬਾਲ ਪਿੰਡੀਆਂ ਟੀਮਾਂ ਜਿਹੜੀਆਂ ਸੈਂਟਰਾਂ ਤੇ ਆ ਜਾਣ ਮਾਰ ਕੇ ਖੇਲ ਤੇ ਨਿਹਦਾ ਬਾਲ ਨਾਲ ਹੀ ਮਾਈਕ ਤੋਂ ਅਗਲੀ ਗੱਲ ਪੰਜਾਬ ਦਾ ਪ੍ਰਸਿੱਧ ਬੁਲਾਰਾ ਸਾਡਾ ਵੀਰ ਬਿੰਦਰ ਮਿਸਰੀ ਵਾਲਾ ਠੀਕ ਹੈ ਇੱਕ ਵਾਰੀ ਮੇਜਰ ਸਿੰਘ ਤੇ ਫੋਟੋ ਮਿਠਾਈ ਦਾ ਕੱਪਾ ਪਾਉਂਦਾ ਉਹ ਵੀ ਆਪਾਂ ਨੇ ਪਹੁੰਚ ਰਿਹਾ ਅੱਜ ਠੀਕ ਹੈ ਇੱਕ ਵਾਰੀ ਮੇਜਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਮੇਰਾ ਸਤਿਗੁਰ ਨਾਨਕ ਜਿਨ ਘਰ ਰੱਖੀ ਮੇਰੀ ਸੱਚੇ ਪਾਤਸ਼ਾਹ ਦੀ ਪਾਰ ਕਿਰਪਾ ਦੇ ਨਾਲ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਮਾਤਮਾ ਦਾ ਉਹ ਆਸਰਾ ਲੈ ਕੇ ਗੁਰਦੁਆਰਾ ਗੁਰੂ ਸਾਹਿਬ ਦੀਆਂ ਸ਼ਾਨਦਾਰ ਸੁੰਦਰ ਖੇਡ ਮੈਦਾਨਾਂ ਦੇ ਵਿੱਚ ਹਾਂਜੀ ਅਗਲਾ ਮੈਚ ਜਿਹੜਾ ਮਾਣੂ ਕੇ ਗਿੱਲ ਹੱਥ ਖੜਾ ਜੋ ਉਹਦੀ ਮਾਣੂ ਕੇ ਗਿੱਲ ਨਿਹਦਾ ਵਾਲਾ ਪਹੁੰਚ ਗਿਆ ਜੀ ਨਿਹਦਾ ਵਾਲਾ ਹੱਥ ਖੜਾ ਕਰੋ ਨਿਹਦਾ ਵਾਲੀ ਟੀਮ ਪਹੁੰਚੀ ਹੋਈ ਹੈ ਮਾਣੂ ਕੇ ਗਿੱਲ ਨੂੰ ਸਿਰਫ ਇੱਕ ਮਿੰਟ ਦਾ ਸਮਾਂ ਹੋਵੇਗਾ ਉਸ ਤੋਂ ਅੱਗੇ ਗਜਰਵਾਲਾ ਏ ਤੇ ਚੱਕ ਭਾਈ ਕਾ ਗਜਰਵਾਲ ਦੀ ਟੀਮ ਹੱਥ ਖੜਾ ਕਰੋ ਜੀ ਗਜਰਵਾਲਾ ਚੱਕ ਭਾਈ ਕਾ ਚੱਕੋ ਜੀ ਹੱਥ ਹੈਲੋ ਆ ਸਾਡੇ ਗਰਾਊਂਡ ਦੇ ਜਿੰਨੇ ਵੀ ਪਿੰਡਾਂ ਤੋਂ ਪੰਚ ਸਰਪੰਚ ਜਾਂ ਸਾਡੇ ਮੈਂਬਰ ਦੇ ਜਿਨ੍ਹਾਂ ਨੇ ਸਾਨੂੰ ਆਇਆ ਸਪੋਰਟ ਦਿੱਤਾ ਕੁਰਸੀਆਂ ਲੱਗੀਆਂ ਇੱਧਰ ਕੁਰਸੀਆਂ ਦੇ ਬੈਕਗ੍ਰਾਉਂਡ ਹੋ ਗਿਆ ਮਿਹਦਾ ਵਾਲ ਦੀ ਟੀਮ ਦੇ ਲਈ ਹਾਂਜੀ ਹਾਂਜੀ ਬਾਈ ਭੋਲਾ ਜੀ ਬਹੁਤ ਬਹੁਤ ਧੰਨਵਾਦ ਸਮੁੱਚੀ ਸਾਰੀ ਟੂਰਨਾਮੈਂਟ ਕਮੇਟੀ ਸਮੁੱਚੀ ਗ੍ਰਾਮ ਪੰਚਾਇਤ ਸਮੁੱਚਾ ਨਗਰ ਪਿੰਡ ਜੈਮਲ ਸਿੰਘ ਵਾਲਾ ਆਪ ਸਾਡੇ ਇਹਨਾਂ ਦੇ ਸਾਰੇ ਭਰਾ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਬਾਬਾ ਜੀ ਹੁਣਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਗੁਰੂ ਦੇ ਲੰਗਰਾਂ ਦੀ ਆਪ ਜਿਹੜੇ ਵੀਰ ਟੂਰਨਾਮੈਂਟ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਬੇਨਤੀ ਕਰਾਂ ਨਿਹਦਾ ਵਾਲ ਦੀ ਟੀਮ ਨੂੰ ਇੱਕ ਮਿੰਟ ਦੇ ਦੀ ਰਾਵੀ ਸਾਹਿਬ ਨਿਹਦਾ ਵਾਲ ਪਹੁੰਚ ਗਏ ਜੀ ਨਿਹਦਾ ਵਾਲ ਦੀ ਟੀਮ ਆ ਗਈ ਨਿਹਦਾ ਵਾਲ ਹਾਂਜੀ ਮਾਣੂ ਕੇ ਗੱਲ ਦੀ ਟੀਮ ਨਹੀਂ ਪਹੁੰਚੀ ਮਾਣੂ ਕੇ ਗੱਲ ਚੱਕ ਭਾਈ ਕਹਿੰਦੇ ਦੀ ਟੀਮ ਦੇ ਵਿੱਚ ਆ ਗਈ ਹੈ ਗਜਰਵਾਲ ਆ ਗਈ ਟੀਮਾਂ ਨੂੰ ਵਾਰਾ ਮਾਫ ਨਹੀਂ ਕਰਨਾ ਬਸ ਗੋਲਦਾ ਇੱਕ ਵਾਰ ਟੀਮ ਬੋਲਦਾ ਤੂੰ ਗਰਾਊਂਡ ਵਿੱਚ ਪਹੁੰਚ ਗਈ ਤਾਂ ਠੀਕ ਹੈ ਨਹੀਂ ਸਿਗਰੈਟ ਕਰ ਦੇਵਾਂਗੇ ਕਿਉਂ ਅਸੀਂ ਮਾਰ ਦਾ ਖਤਮ ਵੀ ਕਰਨਾ ਆ ਕੇ ਵੀ ਟਾਈਮ ਬਾਅਦ ਲੱਗਣਾ ਉੱਤੋਂ ਬਾਅਦ ਲੜਕੀਆਂ ਦਾ ਸੋਨਾ ਵੀ ਸ਼ੁਰੂ ਕਰਾਉਣਾ 12 ਵਜੇ ਤੁਸੀਂ ਆਉਂਦੇ ਨਹੀਂ ਅਸੀਂ ਤੁਹਾਡਾ ਇੰਤਜ਼ਾਰ ਕਿੰਨਾ ਚਿਰ ਕਰਾਂਗੇ ਹੱਥ ਬੰਨ ਕੇ ਬੇਨਤੀ ਹੈ ਬਾਈ ਜਦੋਂ ਤੁਹਾਨੂੰ ਆਵਾਜ਼ ਦਿੱਤੀ ਜਾਂਦੀ ਹੈ ਕੱਪੜੇ ਤਾਂ ਆਪਣੇ ਗਰਾਊਂਡ ਵਿੱਚ ਪਹੁੰਚਿਆ ਕਰੋ ਮਾਣੂ ਕੇ ਗੱਲ ਦੀ ਟੀਮ ਦੇ ਵਿੱਚ ਮਾਣੂ ਕੇ ਗੱਲ ਸਭਾ ਯਾਤਰੀ ਮੇਰਾ ਖਿਡਾਰੀ ਮੇਰੇ ਪਾਣੀ ਪੈ ਗਿਆ ਜੀ ਮੈਨੂੰ ਚੰਗਾ ਨਾਲ ਹੀ ਚੱਕ ਭਾਈ ਕਹਿੰਦੇ ਟੀਮ ਗਰਾਊਂਡ ਦੇ ਵਿੱਚ ਐਂਟਰ ਹੋ ਚੁੱਕੀ ਹੈ ਗਜਰਵਾਲ ਇਹ ਗਵਾਂਢੀ ਪਿੰਡ ਦਾ ਖਿਡਾਰੀ ਵੀਰੇ ਤੁਸੀਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ ਅਸੀਂ ਟੀਮ ਦੇ ਲਈ ਵੀਰੇ ਸਾਰੇ ਪ੍ਰਬੰਧ ਕਰ ਗਜਰਵਾਲ ਆ ਰਹੇ ਜੀ ਆ ਗਏ ਜੀ ਟੀਮ ਮਿਹਰਬਾਨੀ ਧੰਨਵਾਦ ਗਜਰਵਾਲ ਤੇ ਚੱਕ ਭਾਈ ਕਹਿੰਦਾ ਮੈਂ ਤੇ ਰਾਮ ਭਾਈ ਨਿਮਾ ਸਾਹਿਬ ਤੁਹਾਡੀ ਕੋਲ ਪਹਿਲਾਂ ਕਰਵਾ ਦਿਓ ਜੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਐਂਟਰ ਹੋ ਚੁੱਕੀ ਹੈ ਕੀ ਗੱਲ ਹੈਲੋ ਹੈਲੋ ਕੁਲਦੀਪ ਸਿੰਘ ਕੁਲਦੀਪ ਸਿੰਘ ਪੱਪਾ ਕਰਪਾ ਕਰਕੇ ਸਟੇਜ ਦੇ ਕੋਲੇ ਆਏ ਕੋਈ ਗੱਲ ਕਨਫਰਮ ਕਰਨੀ ਉਹਨਾਂ ਨਾਲ ਕੁਲਦੀਪ ਸਿੰਘ ਜਿੱਤੇ ਵੀ ਆਵਾਜ਼ ਸੁਣਦਾ ਕੁਲਦੀਪ ਸਿੰਘ ਪੱਪਾ ਕਰਪਾ ਕਰਕੇ ਸਟੇਜ ਦੇ ਕੋਲੇ ਆਏ ਉਹਨਾਂ ਨਾਲ ਕੋਈ ਗੱਲ ਕਨਫਰਮ ਕਰਨੀ ਆ ਸਾਡਾ ਵੀਰ ਅਮਰੀਕ ਸਿੰਘ ਦੇ ਮਾਮਾ ਜੀ ਕਮਾਲਪੁਰੇ ਵਾਲੇ ਦੱਸ ਰਹੇ ਨੇ ਵੀ ਜਿਹੜੀ ਟੀਮ ਨਾਲ ਦੋਨਾਂ ਦੇ ਵਿੱਚ ਜਿੱਤੂਗੀ ਬਿੰਦਰ ਉਸ ਟੀਮ ਦੇ ਲਈ 100 ਰੁਪਏ ਦਾ ਮਾਨ ਸਨਮਾਨ ਜਿਹੜਾ ਸਾਡੇ ਵੱਲੋਂ ਹੋਏਗਾ ਜਿਹੜੀ ਵੀ ਟੀਮ ਨਾਲ ਦੋਨਾਂ ਟੀਮਾਂ ਦੇ ਵਿੱਚ ਜਿੱਤੂ ਰਹੂਗੀ 100 ਰੁਪਏ ਦਾ ਮਾਨ ਸਨਮਾਨ ਸਾਡੇ ਵੀਰ ਅਮਰੀਕ ਦੇ ਮਾਮਾ ਜੀ ਉਸ ਟੀਮ ਦੇ ਲਈ ਦੇਣਗੇ ਕਰਾਉਣ ਦੀ ਮੈਚ ਗੱਜਰਵਾਲਾ ਚੱਕੋ ਜੀ ਹੱਥ ਗੱਜਰਵਾਲਾ ਵਸਤ ਦੇ ਚੱਕ ਭਾਈ ਕਾ ਦੋਨੇ ਟੀਮਾਂ ਸੈੱਟ ਲੈਣ ਦੇ ਉੱਤੇ ਹੋਣ ਮਾਣੂ ਕੇ ਗੱਲ ਦੀ ਟੀਮ ਹੱਥ ਖੜਾ ਕਰੋ ਜੀ ਮਾਣੂ ਕੇ ਗੱਲ ਇੱਕ ਮਿੰਟ ਦਾ ਸਮਾਂ ਹੋਵੇਗਾ ਮਾਣੂ ਕੇ ਗੱਲ ਨਹੀਂ ਤਾਂ ਟੀਮ ਦੇ ਸਕਰੈਚ ਹੋ ਜਾਵੇਗੀ ਖਿਡਾਰੀ ਵੀਰੋ ਉਸ ਤੋਂ ਅੱਗੇ ਤਤਾਰੀ ਵਾਲਾ ਤੇ ਸਾਧੂ ਵਾਲਾ ਇਹ ਵੀ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਐਂਟਰ ਹੋਣ ਲਧਾਈ ਕੇ ਤੇ ਜੈਮਲ ਵਾਲਾ ਇਹ ਮਿਸ਼ਰੀ ਵਾਲਾ ਤੇ ਖਗਰਾਣਾ ਨਾਲ
ਨਾਲੇ ਮੈਂ ਬੇਨਤੀ ਕਰਦਾ ਕਾਲਕਲਾ ਤੇ ਮਜੂਗੇ ਇਹਨਾਂ ਟੀਮਾਂ ਨੂੰ ਵੀ ਲੰਮਾ ਜਿਹੜਾ ਸਮਾਂ ਤਿਆਰ ਨਹੀਂ ਕੀਤਾ ਜਿਹੜਾ ਖਿਡਾਰੀ ਵੀਰੋ ਕਿਉਂਕਿ ਇਸ ਤੋਂ ਬਾਅਦ ਆਪਾਂ ਫਿਰ ਲੜਕੀਆਂ ਦੇ ਸ਼ੋਅ ਮੈਚ ਤੇ ਨਾਲ ਹੀ ਕਬੱਡੀ ਸੱਤਰ ਕਰੋੜ ਦੇ ਬਹੁਤ ਤਕੜੇ ਮੁਕਾਬਲੇ ਦੇਖਣ ਜਾ ਰਹੇ ਆ ਮਹਾਨ ਖਿਡਾਰੀ ਆਪਣੇ ਕੋਲੇ ਦੁਨੀਆਂ ਦੇ ਰਸਤਮ ਤੇਰੇ ਖਿਡਾਰੀ ਪਹੁੰਚ ਚੁੱਕੇ ਨੇ ਦਾਈ ਵੀਰੋ ਬਾਈ ਆਪਣਾ ਮੁਕਾਬਲਾ ਕਈ ਆ ਕੇਵਲਾਂ ਨੇ ਉਹ ਮੋਰੀਆਂ ਨੂੰ ਜਿਨ੍ਹਾਂ ਦਾ ਮੈਚ ਆ ਜਦੋਂ ਉਹ ਤੇ ਬਰਾਬਰ ਨਹੀਂ ਸਟਾਪ ਬਾਜੀ
ਅਸੀਂ ਰੱਬ ਵਾਂਗੂ ਨੂੰ ਪੂਜਦੇ ਆ। ਮੇਰਾ ਵੀਰ ਕੋਈ ਵੀ ਕਿਸੇ ਤਰ੍ਹਾਂ ਦੀ ਡੈਕ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਗਰਾਊਂਡ ਵਿੱਚ ਆਉਣ ਦੀ ਖਿੱਚ ਨਾ ਕਰੇ, ਬਾਜੀ ਬਾਅਦ ਦੇ ਵਿੱਚ ਕੋਈ ਵੀ ਇਤਰਾਜ਼ ਨਾ ਕਰੇ। ਹੱਥ ਬਣ ਕੇ ਬੇਨਤੀ ਹੈ ਜੀ, ਗਾਜਰਵਾਲ ਦੀ ਟੀਮ ਨੇ ਜਿਹੜਾ ਮੇਰੇ ਵੀਰ ਚੱਕ ਭਾਈ ਦੀ ਟੀਮ ਦੇ ਉੱਤੇ ਇਤਰਾਜ਼ ਕੀਤਾ, ਇਸ ਮੈਚ ਦਾ ਜਿਹੜਾ ਫੈਸਲਾ ਹੋਲਡ ਰੱਖਿਆ ਜਾਵੇਗਾ। ਇਸ ਵੇਲੇ ਕਬੱਡੀ ਪਾਉਂਦਾ ਹੋਇਆ ਅਮਰੀਕ ਸਿੰਘ ਗਾਜਰਵਾਲ ਦੀ ਧਰਤੀ ਦਾ ਵੱਧ ਕੇ ਪਾਈ ਹੋਈ ਰਹੇ, ਤੇ ਦੂਸਰੇ ਪਾਸੇ ਦਾ ਸਕਿਰੋ ਜਾਫੀ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ, ਚੱਕ ਸੈਜੋ ਕੇ ਪੈਂਦਾ, ਚੱਕ ਭਾਈ ਕਾ ਪੈਂਦਾ ਮੇਰੇ ਵੀਰ ਕੁਮਾਰਾਂ ਨੂੰ ਜਿਹੜਾ ਰੇਡਰ ਦੇ ਹਿੱਸੇ ਅੱਗ ਜਾਂਦਾ ਹੋਇਆ ਗਾਜਰਵਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਪਾ ਵੀ ਨੌਜਵਾਨ ਕਬੱਡੀ ਐਸ ਨੌਜਵਾਨ ਨੂੰ ਸ਼ੇਪਰ ਆਖਦੇ ਆ, ਪਿੰਡ ਚੱਕ ਭਾਈ ਕਾ ਰਾਏਗੜ ਦੇ ਲਾਗੇ ਵਸਿਆ ਮੇਰੇ ਵੀਰੇ ਲੁਧਿਆਣਾ ਜ਼ਿਲ੍ਹਾ, ਤੇ ਸਾਹਮਣੇ ਪਾਈ ਹੋਈ ਜੀਰਾ ਦਾ ਰੇਡ ਸ਼ੇਪਰ ਚੱਕ ਔਰ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਸਿੰਘ ਜੀ ਸਰਾਜਾਂ ਦੀ, ਇਸ ਵੇਲੇ ਪਾਉਂਦਾ ਹੋਇਆ ਜੀਰਾ ਦਾ ਰੇਡ, ਤੇ ਦੂਸਰੇ ਪਾਸੇ ਪਾਇਆ ਹੋਇਆ ਮੱਟ ਕੱਢੀ ਹੋਈ ਖਿੱਚ,
ਪੂਰਾ ਕਿਸ਼ਤਾ ਪ੍ਰਦੇਸ਼ੇ ਅੱਜ ਗੱਜਰਾ ਦੀ ਟੀਮ ਦੇ ਸਜਾਉਂਦਾ ਹੋਇਆ ਪਾਉਂਦੀ ਨੌਜਵਾਨ ਕਬੱਡੀ ਜੋਰ ਦੀ ਆ ਖੇੜੀ ਆ ਰੋ ਪੈਂਦੀ ਜਦੋਂ ਰੇੜੀ ਆ ਰੋ ਲੈਣੇ ਪੈਂਦੇ ਆ ਬਲੱਡ ਫਿਰ ਸਾਰਾ ਵਾਂਗੂ ਭੜ ਕੇ ਮਾਰਦੇ ਆ ਤੌਰ ਜਦੋਂ ਜ਼ਿਆਦਾ ਖੂਨ ਖਾ ਜਦੋਂ ਜਾਂਦੇ ਆ ਖਦੋਆ ਕੇ ਜੋਰ ਦੇ ਨਾਲ ਖੇਡੀ ਜਾਂਦੀ ਆ ਕਬੱਡੀ ਦਾ ਸ਼ਕੀਰੋ ਆ ਨੌਜਵਾਨ ਕੰਬੀ ਕਬੱਡੀ ਪਾਉਂਦਾ ਹੋਇਆ ਆ ਮਾਰਿਆ ਸ਼ਾਰ ਗੁਰੂ ਨੇ ਤੇ ਜਾਫੀ ਐਂਡ ਮੇਰੇ ਵੀਰੋ ਚੱਕ ਵਾਲਾ ਪੂਰੀ ਟੱਕਰ ਲਈ ਕੋਸ਼ ਦੇ ਵਿੱਚ ਆ ਦਾਦਾ ਸੱਤ ਹੋ ਗਿਆ ਕਬੱਡੀ ਕਬੱਡੀ ਹੋ ਗਿਆ ਮਿੱਤਰੋ ਉੜਦੀ ਹੋਈ ਕਰੋੜ ਦੇ ਵਿੱਚ ਲੱਗਦਾ ਹੋਇਆ ਜੱਫਾ ਆ ਕਿਸ਼ਤਾ ਪ੍ਰਦੇਸ਼ੇ ਆ ਕੇ ਜੁੜਦਾ ਹੋਇਆ ਚੱਕ ਭਾਈ ਆ ਸ਼ੇਖਰ ਆ ਮੇਰੇ ਵੀਰੋ ਆ ਸਾਡੇ ਗਿਆਨ ਵਾਲਾ ਨਾ ਕਰਦੇ ਚੰਨ ਸਿੰਘ ਨੰਬਰਦਾਰ ਅੱਧਰਾ ਪਾਸੀਆਂ ਤੇ ਆ ਕੇ ਬਰਾਜਮਾਨ ਹੋ ਜਾਣਾ ਸੀ ਹੱਥ ਬੰਨ ਕੇ ਬੇਨਤੀ ਕਰਦੇ ਬੱਬੂ ਆ ਬਾਈ ਨੂੰ ਲੈ ਆ ਤੇਰੇ ਪਾਸੇ ਵਾਹ ਵਾਹ ਆ ਗ੍ਰੇਡਰ ਦੇ ਹਿੱਸੇ ਗੁਣ ਜਨਮਤ ਬਾਈ ਜੀਤ ਸਿੰਘ ਜੀ ਦਾ ਪਿਆ ਦੱਸ ਰਹੇ ਨੇ ਆ ਕਿ ਜਿਹੜਾ ਧਾਵੀ ਦੇ ਹਿੱਸੇ ਚੱਕ ਦੀ ਟੀਮ ਦੇ ਹਿੱਸੇ ਦੇ ਵਿੱਚ ਇਸ ਨੰਬਰ ਦਾ ਵਾਧਾ ਹੋਇਆ ਦਸ਼ਕਿਰਿਓ ਆ ਵੀ ਨਜ਼ਰਾਂ ਕਬੱਡੀ ਨਾਲ ਸਾਡੇ ਭੁੱਲਰ ਸਾਹਿਬ ਵਾਲੇ ਵੀਰਾਂ ਦਾ ਟੈਂਟ ਵਾਲਾ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਹੀ ਵਧੀਆ ਦੋਸਤੋ ਜਿਹਨਾਂ ਨੇ ਮਿੱਠੀ ਤੇ ਮਲਾਦ ਵਾਲ ਦਿੱਤੀ ਹੈ ਫਿਰ ਮਲਾਦ ਸਾਡੇ ਭੁੱਲਰ ਸਾਹਿਬ ਸਰਬੋਤ ਕਲਾਉਂਦੇ ਭਗੀਰਿਆਂ ਵਾਲੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆ ਅਮਰੀਕ ਸਿੰਘ ਹੈ ਮੇਰੇ ਵੀਰੋ ਇਸ ਵੇਲੇ ਅਮਰੀਕ ਗੱਜਰਵਾਲ ਦਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਧਾ ਕਰਦਾ ਹੋਇਆ ਭਾਜਨਾ ਰੇਡ ਜਗ੍ਹਾ ਜਗ੍ਹਾ ਤੋਂ ਕਰ ਪੰਜਾਬੀ ਪਿਆਰ ਕਬੱਡੀ ਨੂੰ ਟੀਵੀ ਉੱਤੇ ਦੇਖਿਆ ਪਹਿਲੀ ਵਾਰ ਕਬੱਡੀ ਨੂੰ ਉਹ ਜਗ੍ਹਾ ਜਗ੍ਹਾ ਤੋਂ ਕਰ ਪੰਜਾਬੀ ਪਿਆਰ ਕਬੱਡੀ ਨੂੰ ਅੱਜ ਫਿਰ ਚੱਕ ਭਾਈ ਕਹਿੰਦੀ ਟੀਮ ਦੇ ਇਸ ਨੰਬਰ ਦਾ ਵਾਧਾ ਲਸ਼ਮੀਰੋ ਮਾਲੇ ਇੱਧਰੋਂ ਫੜਾ ਸਾਨੂੰ ਪਾਸੇ ਦਵਾਗਾ ਵਾਲੀ ਪਹਿਲੀ ਵਾਰ ਵੀ ਕੋਈ ਥੋੜੀ ਟ੍ਰਿਕ ਕੀਤੀ ਹੈ ਮੇਰੇ ਪਲੀਜ਼ ਵਾਲੀ ਉਹਦੇ ਮਾਮਾ ਜੀ ਸਾਰੇ ਅਮਰੀਕ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਪਲੀਜ਼ ਬਾਈ ਜੀ ਆਪਾਂ ਬਾਹਰ ਹੀ ਰਹੀਏ ਕਿਉਂਕਿ ਗਰਾਊਂਡ ਦੇ ਲਈ ਖੇਡ ਮਨਾਉਣ ਵਾਲੀ ਪਵਿੱਤਰ ਅਤੇ ਆਪਾਂ ਨੂੰ ਪਵਿੱਤਰ ਰੱਖੀਏ ਕੋਈ ਵੀ ਵੀਰ ਡਰਿੰਕ ਕਰਕੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਗਰਾਊਂਡ ਦੇ ਵਿੱਚ ਨਾ ਆਵੇਗਾ ਵੀਰ ਦੇਖੋ ਸਾਡੀ ਕਮੇਟੀ ਦਾ ਵੀ ਕੋਈ ਵੀ ਸਪੇਅਰ ਜਿਹੜਾ ਵੀਰ ਨਹੀਂ ਜਿਹਨਾਂ ਦੀ ਡੋਨੇਸ਼ਨ ਹੋ ਗਈ ਆ ਕਿਉਂਕਿ ਆਪਾਂ ਗਰਾਊਂਡ ਬਿਲਕੁਲ ਕਲੀਅਰ ਰੱਖੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿਸੇ ਵੀ ਦਰਸ਼ਕ ਦੇ ਲਈ ਆਪਾਂ ਡਿੱਗਾ ਨਾ ਬਣੀਏ ਖਿਡਾਰੀ ਵੀਰ ਬੈਠ ਜਾਓ ਮੇਰੇ ਵੀਰ ਜਿਹੜੀਆਂ ਸਪੇਅਰ ਟੀਮਾਂ ਗਰਾਊਂਡ ਦੇ ਵਿੱਚ ਆਈਆਂ ਮੇਰੇ ਵੀਰ ਆ ਕੇ ਸੈਰ ਤੇ ਹੋ ਕੇ ਬਹਿ ਜਾਓ ਆ ਨੌਜਵਾਨ ਸ਼ੇਪਰ ਸਿੰਘ ਕਬੱਡੀ ਪਾਉਂਦਾ ਹੋਇਆ ਪਿੰਡ ਨੌਜਵਾਨ ਦਾ ਚੱਕ ਭਾਈਕਾ ਰਾਜਕੋਟ ਦਾ ਏਰੀਆ ਮੇਰੇ ਵੀਰੇ ਲੁਧਿਆਣਾ ਜ਼ਿਲ੍ਹਾ ਇਸ ਵੇਲੇ ਪਾਈ ਹੋਈ ਜੀਨਾਂ ਦਾ ਰੇਡ ਤੇ ਨੰਬਰ ਜਿਹੜਾ ਚੱਕ ਭਾਈਕਾ ਦੇ ਹਿੱਸੇ ਜਾਂਦਾ ਹੋਇਆ ਇਸੇ ਨਾਲ ਹੀ ਮੁਕਾਬਲਾ ਸਮਾਪਤ ਦੱਸੀ ਵੀਰਾਂ ਜ਼ਿਲ੍ਹੇ ਕਿਹੜੀ ਦੀ ਮੇਰੇ ਜਿੱਤ ਗਈ ਚੱਕ ਭਾਈਕਾ ਨੁੜ ਜਦੋਂ ਦੀ ਮੱਟ ਦੀ ਚੱਕ ਭਾਈਕਾ ਦੇ ਤੀਵੜੇ ਮੁਕਾਬਲਾ ਤਾਂ ਲੈ ਗਿਆ ਨਾਲੇ ਬ੍ਰੇਕ ਮੇਰੇ ਕੋਲ ਆ ਕੇ ਆਪਣਾ ਮਾਨ ਸਨਮਾਨ ਮੇਰੇ ਵੀਰੇ ਲੈ ਜਾਓ ਚੱਕ ਦੇ ਹਾਂਜੀ ਕਲਦੀਪ ਸਿੰਘ ਨੂੰ ਬਹੁਤ ਵਾਰੀ ਬੇਨਤੀ ਕੀਤੀ ਆ ਕਲੱਬਾਂ ਵਿੱਚ ਸਪਸ਼ਟੀਕਰਨ ਕਰਨਾ ਸੀ ਉਹਨਾਂ ਨਾਲ ਉਹ ਨਹੀਂ ਪਹੁੰਚਿਆ ਬਖਤੌਰ ਸਿੰਘ ਨੰਬਰ ਦਾ ਉਹ ਲਿਸਟ ਲੈ ਕੇ ਗਏ ਸੀ ਉਹ ਵੀ ਅਜੇ ਤੱਕ ਵਾਪਸ ਆਏ ਜਿੱਥੇ ਮੇਰੀ ਆਵਾਜ਼ ਸੁਣਦੇ ਆ ਕਿਰਪਾ ਕਰਕੇ ਸਟੇਜ ਨੂੰ ਲਿਸਟ ਪਾਉਂਦੀ ਕਰੋ ਹਾਂਜੀ ਬਾਈ ਭੋਲੇ ਵੀਰੇ ਮਾਰੂ ਕੇ ਗਿਲ ਦੀ ਟੀਮ ਨਹੀਂ ਪਹੁੰਚੀ ਨਿਜ਼ਾਮ ਆ ਗਏ ਜੀ ਕਿਵੇਂ ਕਰਨੀ ਜੀ ਸਰਕਾਰ ਦੇ ਕਬਰ ਤੇ ਤਰਪਾ ਗਿਆ
ਸਾਧੂ ਵਾਲਾ ਪਿੰਡ ਅੰਮ੍ਰਿਤ ਤਲਵੰਡੀ ਭਾਈ ਦੇ ਲਾਗੇ ਸਖਨਾਰੀ ਦਾ ਫਿਰੋਜ਼ਪੁਰ ਜ਼ਿਲ੍ਹਾ ਆਹ ਤਾਰੀ ਵਾਲਾ
ਜਿਨ੍ਹਾਂ ਨੇ ਮਾਂ ਖੇਡ ਕਬੱਡੀ ਨੂੰ ਮੇਰੇ ਵੀਰੋ ਚਮਕਾਉਣ ਦੇ ਲਈ ਦਿਨ ਰਾਤ ਤੱਕ ਕੀਤਾ ਹੋਇਆ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਸਾਡੇ ਫਿਰ ਮੁਕਾਬਲਾ ਹੋ ਚੁੱਕਿਆ ਮੇਰੇ ਵੀਰੋ, ਸਾਡੇ ਕੋਲ ਪਰਦਾ ਪਾਇਆ ਮਾਰੀਆ ਪਰ ਦੇ ਉੱਤੇ ਕੈਂਚੀ ਔਰ ਆਪਣੇ ਰਾਸ਼ਤਾ ਦੱਸੀ ਬਾਈ ਬਿਰਲੇ ਵੀਰੇ ਕਿਹੜੀ ਜਿੱਤ ਗਈ ਜੀ, ਸਾਧੂ ਵਾਲਾ ਮਾਰਦੀ ਨੋਟ ਕਰ ਜੀ, ਸਾਧੂ ਵਾਲਾ ਜਿੱਤ ਰਹੇ ਨੇ। ਇਕੱਠਾ ਕੀਤਾ ਜਾਵੇਗਾ, ਮੇਟ ਤੋਂ ਬਾਅਦ ਫੋਟੋ ਕਰਵਾਉਣੀ ਅਤਿ ਜ਼ਰੂਰੀ ਹੈ। ਉਹ ਖਿਡਾਰੀ ਖੇਡ ਸਕਣਗੇ ਜਿਨ੍ਹਾਂ ਦੀ ਫੋਟੋ ਕੀਤੀ ਹੋਏਗੀ। ਜਿਹੜੀਆਂ ਟੀਮਾਂ ਖੇਡ ਕੇ ਆਉਂਦੀਆਂ ਇਹਨਾਂ ਖਿਡਾਰੀਆਂ ਨੂੰ ਬੇਨਤੀ ਹੈ ਕਿ ਇਸ਼ਨਾਨ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਸਿੱਧਾ ਸਰੋਵਰ ਦੇ ਵਿੱਚ ਜਾ ਕੇ ਪ੍ਰਵੇਸ਼ ਨਹੀਂ ਕਰਨਾ, ਆਪਣੀ ਮਿੱਟੀ ਹੋਰ ਟੁੱਟੀਆਂ ਦੇ ਥੱਲੇ ਉਤਾਰ ਕੇ ਫੇਰ ਭਾਵੇਂ ਤੁਸੀਂ ਉੱਥੇ ਚਲੇ ਜਾਇਓ। ਸਾਡੀ ਬੇਨਤੀ ਨੂੰ ਸਵੀਕਾਰ ਕਰਨ ਲਈ ਮਿਹਰਬਾਨੀ। ਗਰਮੀ ਬਹੁਤ ਬੀਬੀ ਬਲਜੀਤ ਕੌਰ ਜੀ ਦੀ ਯਾਦ ਸਰਦਾਰ ਜਗਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਸਤੇ।
ਟੂਰਨਾਮੈਂਟ ਕਮੇਟੀ ਵੱਲੋਂ, ਗ੍ਰਾਮ ਪੰਚਾਇਤ ਵੱਲੋਂ, ਆਪ ਨਗਰ ਦੇ ਵੱਲੋਂ, ਜਿਹਨਾਂ ਨੇ ਮੇਰੇ ਵੀਰੋ ਪਾਣੀ ਵਾਲੀ ਟੈਂਕੀ ਦੀ ਸੇਵਾ ਕੀਤੀ ਤੇ ਪ੍ਰਾਪਤੀਆਂ ਮੇਰੀਆਂ ਕਿਸੇ ਕਿਸੇ ਪਰਿਵਾਰ ਦੇ ਹਿੱਸੇ ਆਉਂਦੀਆਂ ਮੇਰੇ ਵੀਰੋ, ਬਹੁਤ ਚੰਗੀ ਗੱਲ ਆ, ਸੇਵਾ ਦੇ ਵਿੱਚ ਯੋਗਦਾਨ ਪਾਇਆ ਸਾਰੇ ਵੀਰਾਂ ਦਾ, ਸਮੂਹ ਪਰਿਵਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੇਡਾਂ ਦੇ ਮਹਾਂਕੁੰਭ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਆ, ਤੇ ਨਾਲ ਸਾਡੇ ਵੀਰ ਜਿਨ੍ਹਾਂ ਨੇ ਤਿੰਨਾਂ ਪਰਿਵਾਰਾਂ ਦੇ ਵੱਲੋਂ ਗੁਰੂ ਕੇ ਲੰਗਰ ਲਾਏ ਗਏ ਆ, ਉਹਨਾਂ ਪਰਿਵਾਰ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਬਾ ਚਮਕੌਰ ਸਿੰਘ ਜੀ ਬਖਸਾ ਦਾ ਸੇਵਾਦਾਰ ਗੁਰਦੁਆਰਾ ਗੁਰੂ ਸਾਹਿਬ, ਤੇ ਨਾਲ ਸਾਡੇ ਬਾਬਾ ਸ਼ੰਕਰ ਸਿੰਘ ਜੀ ਜਿਨ੍ਹਾਂ ਨੇ ਮੇਰੇ ਵੀਰ ਪਿੰਡ ਜੈਮਲਵਾਲੇ ਦੇ ਆਲੇ ਇਲਾਕੇ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ, ਸਾਡੇ ਮਹਾਂਪੁਰਸ਼ਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਬੜੀ ਖੁਸ਼ੀ ਦੀ ਗੱਲ ਹੈ ਮੇਰੇ ਵੀਰ, ਅੱਜ ਜਿਹੜਾ ਜੈਮਲਵਾਲੇ ਕਬੱਡੀ ਕੱਪ ਦਾ ਸਿਲਸਿਲਾ ਹੈ, ਪੰਜਾਬ ਹੈ ਮੇਰੇ ਵੀਰ, ਇੰਟਰਨੈਟ ਕਾਲਜ ਸਾਡੇ ਵੀਰ ਪੰਜਾਬ ਮਹਾਰਾਜ ਦੀ ਚਰਸ਼ੋ ਪਾਵਨ